ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਭ ਤੋਂ ਪਹਿਲਾਂ ਦਾ ਡਾਇਰੈਕਟਰ ਮਾਫੀਆ ਚੈਨਲ ਤੇ ਤੇ ਹਾਜ਼ਰ ਹੋਏ ਇੱਕ ਨਵੀਂ ਜਾਣਕਾਰੀ ਦੇ ਨਾਲ ਜੋ ਕਿ ਮੋਦੀ ਸਰਕਾਰ ਵੱਲੋਂ ਹੈ ਕਿ ਪੀਐਮ ਕਿਸਾਨ ਪੈਨਸ਼ਨ ਯੋਜਨਾ ਲਈ ਕਿਸਾਨ ਨੂੰ ਵੱਖਰਾ ਪ੍ਰੀਮੀਅਮ ਦੇਣ ਦੀ ਜ਼ਰੂਰਤ ਨਹੀਂ ਪਵੇਗੀ ਜਾਨੀ ਕਿ ਵੱਖਰੇ ਪੈਸੇ ਦੇਣ ਦੀ ਜਿਹੜੀ ਲੋੜ ਨਹੀਂ ਪਵੇਗੀ ਪੀਐਮ ਸਮਾਨ ਨਿਧੀ ਯੋਜਨਾ ਨਾਲ ਪੈਨਸ਼ਨ ਯੋਜਨਾ ਨੂੰ ਲਿੰਕ ਕਰ ਦਿੱਤਾ ਜਾਵੇਗਾ ਜਿਸ ਦੇ ਨਾਲ ਤੈ ਸਮੇਂ ਤੇ ਪੈਨਸ਼ਨ ਯੋਜਨਾ ਦੇ ਪ੍ਰੀਮੀਅਮ ਆਪਣੇ ਆਪ ਹੀ ਖਾਤੇ ਵਿੱਚੋਂ ਕੱਟ ਜਾਵੇਗਾ ਸਰਕਾਰ ਨੇ ਇਸ ਦੇ ਲਈ ਯੋਜਨਾ ਸ਼ੁਰੂ ਕਰ ਦਿੱਤੀ ਹੈ ਕਿਸਾਨਾਂ ਲਈ ਸ਼ੁਰੂ ਕੀਤੀ ਜਾ ਰਹੀ ਪੈਨਸ਼ਨ ਯੋਜਨਾ ਨੂੰ 2 ਮਹੀਨੇ ਵਿੱਚ ਲਾਂਚ ਕਰਨ ਦੀ ਤਿਆਰੀ ਹੈ ਮਤਰਾਲਾ ਵਿੱਚ ਐਸੇ ਸਬੰਧ ਵਿੱਚ ਅਯੋਜੇ ਤੇ ਬੈਠਕ ਵਿੱਚ ਇਹ ਗੱਲ ਸਾਹਮਣੇ ਆਈ ਕਿ ਬੈਂਕ ਆ ਦੇ ਕਿਸਾਨਾਂ ਦੇ ਘਰਾਂ ਤੋਂ ਕਾਫੀ ਦੂਰ ਹੁੰਦੇ ਹਨ ਇਸ ਵਜ੍ਹਾ ਨਾਲ ਅਜਿਹੀ ਯੋਜਨਾਵਾਂ ਤੇ ਪ੍ਰਤੀ ਲਾਪਰਵਾਹੀ ਵਧਦੇ ਹਨ ਅਸ ਨੂੰ ਧਿਆਨ ਵਿੱਚ ਰੱਖਦੇ ਹੋਏ ਮੰਤਰਾਲਾ ਖਾਤਾ ਲਿੰਕ ਕਰਨ ਦੀ ਤਿਆਰੀ ਕਰ ਰਿਹਾ ਹੈ ਖੇਤੀਬਾੜੀ ਮੰਤਰਾਲੇ ਨੇ ਅਗਸਤ ਤੱਕ ਦੇਸ਼ ਭਰ ਦੇ ਸਾਰੇ 14 ਕਰੋੜ ਛੋਟੇ ਵੱਡੇ ਕਿਸਾਨਾਂ ਨੂੰ ਪੀਐਮ ਕਿਸਾਨ ਸਨਮਾਨ ਯੋਗ ਦਾ ਮੁਨਾਫਾ ਦੇਣ ਦਾ ਲਕਸ਼ ਰੱਖਿਆ ਹੈ ਫਿਲਹਾਲ ਹੁਣ ਤੱਕ 3.11 ਕਰੋੜ ਕਿਸਾਨਾਂ ਦੇ ਨੂੰ ਭੁਗਤਾਨੇ ਕੀਤੇ ਜਾ ਚੁੱਕੇ ਹਨ ਤੇ ਜਿਸ ਜਦੋਂ ਕਿ 80 ਲੱਖ ਤਕਰੀਬ ਕਿਸਾਨਾਂ ਦੇ ਡਾਟੇ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਇਸ ਮਹੀਨੇ ਭੁਗਤਾਨ ਕਰ ਦਿੱਤਾ ਜਾਵੇਗਾ ਇਸ ਯੋਜਨਾ ਲਈ ਕਿਸਾਨਾਂ ਦੀ ਉਮਰ 18 ਤੋਂ 40 ਦੇ ਵਿੱਚ ਹੋਣੀ ਜ਼ਰੂਰੀ ਹੈ ਉਸਤਨ ਸਾਲ ਪਰ ਵਿੱਚ 1200 ਰੁਪਏ ਕਿਸਾਨ ਦਾ ਯੋਗਦਾਨ ਹੋਵੇਗਾ ਪੀਐਮ ਕਿਸਾਨ ਨਿਰਯੋਜਨਾ ਵੱਲੋਂ 6000 ਸਾਲਾਨਾ ਵਿੱਚੋਂ 1200 ਰੁਪਏ ਪ੍ਰੀਮੀਅਮ ਕੱਟ ਜਾਵੇਗਾ ਇਸ ਤਰ੍ਹਾਂ ਕਿਸਾਨ ਨੂੰ 4800 ਰੁਪਏ ਹੀ ਮਿਲਣਗੇ ਉਸ ਤੋਂ ਮਰ 29 ਸਾਲ 29 ਸਾਲ ਦੇ ਅਨੁਸਾਰ 100 ਰੁਪਏ ਪ੍ਰਤੀ ਮਹੀਨਾ ਦੇਣਾ ਹੋਵੇਗਾ ਉਮਰ ਘਟੂ ਤੇ ਯੋਗਦਾਨ ਵੀ ਘਟ ਤੇ ਜਿਆਦਾ ਹੋਣ ਤੇ ਉਤੇ ਜਿਆਦਾ ਯੋਗਦਾਨ ਦੇਣਾ ਪਵੇਗਾ ਇੰਨਾ ਹੀ ਇੰਨਾ ਹੀ ਦਨ ਸਰਕਾਰ ਵੀ ਕਰੇਗੀ 60 ਸਾਲ ਪੂਰੇ ਹੋਣ ਤੇ 3000 ਰੁਪਏ ਸਾਲਾਨਾ ਕਿਸਾਨ ਨੂੰ ਜਿਹੜੀ ਪੈਨਸ਼ਨ ਤੇ ਤੇ ਆਵੇਗੀ ਇਹ ਸੀਗੀ ਜੀ ਮੋਦੀ ਸਰਕਾਰ ਵੱਲੋਂ ਇੱਕ ਨਵੀਂ ਜਿਹੜੀ ਸਕੀਮ ਸ਼ੁਰੂ ਕੀਤੀ ਜਾਣੀ ਹੈ ਪੀਐਮ ਪੈਨਸ਼ਨ ਯੋਜਨਾ ਜਿਹੜੀ ਉਹਦੇ ਵਿੱਚੋਂ ਜਿਹੜੇ ਆਪਣੇ ਪੈਸੇ ਕੱਟੇ ਜਾਇਆ ਕਰਨਗੇ ਉਹ ਜਿਹੜੇ ਆਪਾਂ ਨੂੰ ਪੀਐਮ ਕਿਸਾਨ ਸਨਮਾਨਯੀ ਯੋਜਨਾ ਜਿਹੜੇ 2200 ਰੁਪਏ ਕਰਕੇ ਆਉਂਦਾ ਉਹ ਆਪਣੇ ਜਿਹੜਾ ਖਾਤੇ ਵਿੱਚੋਂ ਜਿਹੜੇ ਉਹਦੇ ਵਿੱਚੋਂ ਪੈਸੇ ਕੱਟ ਲਿਆ ਜਾਇਆ ਕਰਨਗੇ ਤੇ ਇਹ ਸੀਗੀ ਜੀ ਇਸ ਸਮੇਂ ਦੀ ਆਪਣੀ ਲੇਸਟ ਜਾਣਕਾਰੀ ਅਸੀਂ ਹਾਜ਼ਰ ਨੇ ਤੁਹਾਡੇ ਲਈ ਕਿਸੇ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ ਵੀਰੋ